ਸਲਵਾਤ ਸਾਹਿਬ। ਹਸਬੇ ਇਬਾਦਤ ਸਾਰੀਆਂ ਦੁਆਵਾਂ ਦੀ ਇੱਕੋ ਹੀ ਦੁਆ, ਸਾਡੇ ਵਾਰਸ ਹਕੀਕੀ ਦਾ ਜਲਦ ਜ਼ਹੂਰ ਹੋਵੇ। ਉਹਨਾਂ ਦੇ ਜ਼ਹੂਰ ਤੋਂ ਪਹਿਲੇ ਮੌਲਾ ਸਾਨੂੰ ਇਸ ਕਾਬਿਲ ਬਣਾ, ਇਸ ਮੌਲਾ ਦੇ ਸਾਹਮਣੇ ਜਾ ਸਕੀਏ। ਉਸ ਤੋਂ ਬਾਅਦ ਵਸਦੇ ਰਹਿਣ ਯਾ ਅਲੀ ਕਹਿਣ ਵਾਲੇ, ਉਹ ਜਾਈ ਵਸਣ, ਉਹ ਘਰ ਵਸਣ ਜਿੱਥੇ 5, 12, 14 ਦਾ ਜ਼ਿਕਰ ਹੁੰਦਾ। ਬਹੁਤ ਸਾਰੀ ਲਿਸਟ ਹੈ ਮੌਲਾ ਦੇ ਮਦਾ ਖਾਨਾ ਦੀ, ਇਸ ਵਾਸਤੇ ਜਿਹੜਾ ਜਿਹੜਾ ਟਾਈਮ ਹਿੱਸੇ ਆਏ, ਮੈਂ ਚਾਹਾਂਗਾ ਕਿ ਉਸ ਟਾਈਮ ਦੇ ਅੰਦਰ ਹੀ ਆਪਣੀ ਨੌਕਰੀ ਨੂੰ ਇਖਤਤਾਮ ਤੱਕ ਲੈ ਜਾਵਾਂ। ਬਸ ਇਹ ਕਿ ਥੋੜ੍ਹੇ ਟਾਈਮ ਵਿੱਚ ਜ਼ਿਆਦਾ ਕੁਝ ਪੜ੍ਹਨਾ ਹੈ ਅਤੇ ਤੁਹਾਡੇ ਸਾਥ ਦੇ ਨਾਲ। أعوذ بالله من الشيطان الرجيم بسم الله الرحمن الرحيم الحمد لله الذي جل وعلا وبعد فلا جرا وكربا فشاهدا نجوا مالك الملك ودبره تدبيرا صلوا ਇੱਕ ਰੁਬਾਈ ਬਿਲਾਲ ਕਾਜ਼ਮੀ ਦੀ ਸਰਕਾਰੇ ਵਫਾ ਦੇ ਹਵਾਲੇ ਨਾਲ ਲਿਖੀ। ਉਹਨਾਂ ਲਿਖਿਆ, ਨਾ ਤੋ ਲਸ਼ਕਰ ਸੇ ਨਾ ਤਲਵਾਰ ਸੇ ਡਰ ਲਗਤਾ ਥਾ, ਨਾ ਤੋ ਲਸ਼ਕਰ ਸੇ ਨਾ ਤਲਵਾਰ ਸੇ ਡਰ ਲਗਤਾ ਥਾ, ਨਾ ਕਿਸੀ ਮੰਜ਼ਲੇ ਦੁਸ਼ਵਾਰ ਸੇ ਡਰ ਲਗਤਾ ਥਾ, ਕਰਬਲਾ ਇਸ ਲਈ ਆਇਆ ਨਹੀਂ ਮਕਾਰ ਯਜ਼ੀਦ, ਬਾਤ ਯੇ ਥੀ ਕਿ ਅਲਮਦਾਰ ਸੇ ਡਰ ਲਗਤਾ। ਥੋੜ੍ਹਾ ਜਿਹਾ ਖੁਤਬਾ ਪੜ੍ਹਿਆ, ਰੁਬਾਈ ਪੜ੍ਹਿਆ, ਥੋੜ੍ਹੀ ਜਿਹੀ ਠੰਡ ਕੰਮ ਹੋਈ ਹੈ। ਮੈਂ ਅਸੀਂ ਉੱਧਰ ਦੀ ਗਰਮੀ ਦੇ ਮਾਰੇ ਲੋਕ ਇੱਕ ਅੰਦਾਜ਼ ਹੈ ਐਲਕੀ ਤਾਂ ਮਾਸ਼ਾਅੱਲਾ ਮੌਲਾ ਇਹਨਾਂ ਦੀ ਜ਼ਿੰਦਗੀ ਕਰੇ, ਜਾਫਰੀ ਸਾਹਿਬ ਦੀ
ਸਾਊਂਡ ਵੀ ਕਮਾਲ, ਸਾਊਂਡ ਵੀ ਬੜਾ ਸੋਹਣਾ ਵਾ, ਉਹ ਦਿਲ ਕਰ ਰਿਹਾ ਵੀ ਕੁਛ ਸੁਣਾਏਗਾ। ਮੀਰ ਤਕੱਲਮ ਸਾਹਿਬ ਦੀ ਮੈਂ ਨਜ਼ਮ, ਮੇਰੀ ਆਦਤ ਹੈ, ਬਲਕਿ ਮੈਂ ਇਬਾਦਤ ਸਮਝਦਾ, ਜਿਹਦਾ ਕਲਾਮ ਲਿਖਿਆ ਹੋਵੇ ਮੈਂ ਨਾਮ ਲੈ ਕੇ ਪੜ੍ਹਦਾ, ਕੋਈ ਫਰਕ ਨਹੀਂ ਪੈਂਦਾ। ਅਤੇ ਮੀਰ ਤਕੱਲਮ ਸਾਹਿਬ ਦਾ ਕਲਾਮ ਹੈ, ਤਕਰੀਬਨ ਰਮਜ਼ਾਨ ਔਰ ਸ਼ਾਬਾਨ ਮੈਂ ਇਸ ਨਜ਼ਮ ਦੇ ਸਿਰ 'ਤੇ ਕਰ ਛੱਡਿਆ, ਬੜੀ ਪਜ਼ੀਰਾਈ ਮਿਲੀ ਹੈ। ਉਹ ਨਜ਼ਮ ਮੈਂ ਬਿਲਕੁਲ ਬਗੈਰ ਇੰਤਜ਼ਾਰ ਦੇ, ਇਹ ਕਲਾਮ ਉਹਨਾਂ ਦਾ ਹੈ ਅਤੇ ਅਗਲਾ ਹਿਸਾਬ ਕਿਤਾਬ ਮੇਰਾ ਆਪਣਾ ਹੈ। ਜਿਹੜੇ ਬੰਦੇ ਹਿਸਾਬ ਕਿਤਾਬ 'ਤੇ ਨਹੀਂ ਬੋਲੇ ਇਹ ਵੀ ਔਖਾ ਹੈ। ਕਿਉਂਕਿ ਮੈਂ ਹੁਣ ਮੌਕਾ ਹੀ ਨਹੀਂ ਦਿੰਦਾ, ਬੰਦੇ ਇਸ਼ਾਰੇ ਕਰਨ ਵੀ ਹੈ, ਉਹਦੇ 'ਤੇ ਹੈ, ਉਹਦੇ 'ਤੇ ਹੈ, ਉਹਦੇ 'ਤੇ ਲੱਭਦੇ ਰਹਿੰਦੇ ਨੇ, ਇਹ ਵੀ ਮੌਕਾ ਨਹੀਂ ਦਿੰਦਾ। ਅਤੇ ਜੇ ਮਿਹਨਤ ਪਸੰਦ ਆਵੇ ਤਾਂ ਫਿਰ ਬਸ ਉਹ ਦੁਆ ਦੀ ਸ਼ਕਲ 'ਚ, ਦਾਤ ਦੀ ਸ਼ਕਲ 'ਚ ਮੇਰੇ ਤੱਕ ਪਹੁੰਚੋ, ਮੈਨੂੰ ਪਤਾ ਲੱਗੇ ਮੈਂ ਪੜ੍ਹਦਾ ਪਿਆ। ਨਜ਼ਮ ਦਾ ਜਿਹੜਾ ਤਰੀਕਾਕਾਰ ਉਹ ਇੰਜ ਸ਼ੇਰ ਆਉਣੇ ਨੇ, ਹੋ ਸਕਦਾ ਮੈਂ ਸਾਰੇ ਸ਼ੇਰ ਨੇ, ਵੈਸੇ ਤਾਂ ਕੋਈ 9-10 ਸ਼ੇਰ ਨੇ, ਲੇਕਿਨ ਮੈਂ 3-4 ਇਹਨਾਂ 'ਚੋਂ ਪੜ੍ਹਾਂਗਾ। ਲੇਕਿਨ ਸ਼ੇਰ ਇੰਜ ਆਉਣੇ ਨੇ, ਇਹ ਹੈ ਇਹ ਤਰਤੀਬ ਜੀ, ਬਿਸਮਿਲ੍ਲਾ ਕਰਾਂ। ਦੁਨੀਆ ਕੇ ਝੰਝਟੋਂ ਸੇ ਛੁਡਾਇਆ ਹੁਸੈਨ ਨੇ, ਸਲਾਮਤ ਰਹੋ। ਓ ਦੁਨੀਆ ਕੇ ਝੰਝਟੋਂ ਸੇ ਛੁਡਾਇਆ ਹੁਸੈਨ ਨੇ, ਜੀਨਾ ਹੈ ਕੈਸੇ ਹਮਕੋ ਸਿਖਾਇਆ ਹੁਸੈਨ ਲੈ, ਦੁਨੀਆ ਕੇ ਝੰਝਟੋਂ ਸੇ ਛੁਡਾਇਆ ਹੁਸੈਨ ਨੇ, ਛੁਡਾਇਆ ਹੁਸੈਨ ਨੇ, ਸਿਖਾਇਆ ਹੁਸੈਨ ਨੇ। ਜਾਫਰ ਸਾਹਿਬ ਇਹ ਕਾਫੀ ਹੈ, ਫਰਾਨ ਭਾਈ, ਛੁਡਾਇਆ ਹੁਸੈਨ ਨੇ, ਸਿਖਾਇਆ ਹੁਸੈਨ ਨੇ, ਸ਼ਾਹੋਂ ਕੋ ਉਸ ਕੇ ਦਰ ਕਾ ਭਿਕਾਰੀ ਬਣਾ ਦਿਆ, ਸ਼ਾਹੋਂ ਕੋ ਉਸ ਕੇ ਦਰ ਕਾ ਭਿਕਾਰੀ ਬਣਾ ਦਿਆ, ਹੁਰ ਕੋ ਬਣਾ ਕੇ ਆਪਣੀ ਰਿਆਇਆ ਹੁਸੈਨ ਲੈ, ਆਬਾਦ ਰਹੋ, ਸਲਾਮਤ ਰਹੋ, ਜ਼ਿਕਰ ਨਸੀਬ ਹੋਵੇ, ਛੁਡਾਇਆ ਹੁਸੈਨ। ਮੈਂ ਇੱਕ ਤਰਤੀਬ ਦੱਸੀ ਸੀ ਨਾ ਬਾਈ, ਇੱਥੋਂ ਸ਼ੁਰੂ ਹੋਣੇ ਨੇ ਸ਼ੇਰ, ਇੱਥੇ ਪੜ੍ਹ ਲਿਆ, ਹੁਣ ਮੇਰਾ ਖਿਆਲ ਆਪਾਂ ਇੱਥੇ ਜਾਣਾ ਚਾਹੀਦਾ ਸਾਨੂੰ, ਠੀਕ ਹੈ ਨਾ, ਇਹ ਇੰਝ ਹੀ ਜਾਣਾ, ਇੰਝ ਇਨਸ਼ਾਲਾ ਤੁਹਾਡਾ ਸਾਥ ਹੋਇਆ ਤਾਂ ਇੰਝ ਹੀ ਜਾਣੇ ਨੇ, ਇੱਥੇ ਪੜ੍ਹਿਆ ਕਿਬਲਾ ਜਿੱਤੋ ਸਰ, ਹੁਣ ਇੱਥੇ ਚੱਲੀਏ। ਛੁਡਾਇਆ ਹੁਸੈਨ ਨੇ, ਸਿਖਾਇਆ ਹੁਸੈਨ ਨੇ, ਰਿਆਇਆ ਹੁਸੈਨ ਨੇ, ਗਾਜ਼ੀ ਕੋ ਲੈ ਕੇ ਗੋਦ ਮੇ ਕਸਰੇ ਬਤੂਲ ਸੇ, ਗਾਜ਼ੀ ਕੋ ਲੈ ਕੇ ਗੋਦ ਮੇ
कसरे बतूल से, सूरज को अपना चांद दिखाया हुसैन ने। जी बिस्मिल्लाह करां, आबाद रहो। गाजी को लेके गोद में कसरे बतूल से, सूरज को अपना चांद दिखाया हुसैन ने। आबाद रहो, बसते रहो। इत्थे आ गए, इत्थे चलिए। ये शेर आए ही हैं जी। छुड़ाया हुसैन ने, सिखाया हुसैन ने, रियाया हुसैन ने, दिखाया हुसैन ने। मूसा कहाँ हो देख लो, हुर को हबीब को। आए आए। मूसा कहाँ हो देख लो, हुर को हबीब को। रब से बराहे रास्त मिलाया हुसैन ने। आबाद रहो, वसदे रहो। छुड़ाया हुसैन ने, सिखाया हुसैन ने, रियाया हुसैन ने, दिखाया हुसैन ने। मैं कहना मैं स्पीड पढ़ ली है थोड़ी जी। मैं कहना मैं सारे शेर पढ़ लूँ क्योंकि तरतीब है जी। छुड़ाया सिखाया हुसैन ने, रियाया दिखाया हुसैन ने, मिलाया हुसैन ने। थोड़ा जा उत्ते चलिए इस तुम। हंस हंस के, हंस हंस के खेलता है वो झूले में मौत से। हंस हंस के खेलता है वो झूले में मौत से। असगर को क्या खिलौना दिलाया हुसैन ने। आबाद रहो, वसदे रहो, सलामत रहो। छुड़ाया हुसैन ने, सिखाया हुसैन ने, मिलाया हुसैन ने, दिलाया हुसैन ने, दिखाया रियाया हुसैन ने। लो न्याज मौला, पाकिस्तान भी मैं जी अंदर आना के शेर मैं पढ़न लगा। जे कोई अल्लाह ना करे बंदा चुप भी कर गया तो कोल आके मैं इन्ना जरूर पूछांगा मेरा कसूर की है। मैं एडा वड्डा शेर पढ़िया है, इन्ना तक बनता है ना। कोई लड़ना नहीं, आके सिर्फ पूछना है। मैं जदों शेर पढ़िया उदो कित्थे सैं। आबाद रहो, छुड़ाया हुसैन ने, खसूसन मौला दे मदा खाना दी बाबा जी दी नज़र, बाबा जैगम शाह और खुश नसीबी मैं बह के सुनते पे उन्हां दी नज़र भी। शेर छुड़ाया, सिखाया, मिलाया हुसैन, दिलाया रियाया हुसैन। है महफिले हुसैन मेरी रूह की गिजा फिले हुसैन मेरी रूह की गिजा। भूखा मुझे कभी ना सुलाया हुसैन ने।
سلامت رہو وس دے رہو چھڑایا حسین نے بسم اللہ کرا سکھایا حسین ناراض نہ ہو سب چھڑایا حسین نے سکھایا حسین نے ملایا دلایا حسین نے اے تقریباً میں سات شعر پڑھ چکے ہاں اے جتھوں تک بازو جاندا ہی نہ اتھوں تک پڑھ لینے اے میرا خیال ہونا اے اے اتے نے جڑا اگلا شعر آندا پیا اے ہن اتے دو شعر سکھایا حسین نے ملایا حسین نے دلایا حسین نے ملنے ملنے گئے تھے عرش پہ اللہ سے نبی ملنے گئے تھے عرش پہ اللہ سے نبی کرب و بلا میں رب کو بلایا حسین نے آباد رہو وس دے رہو چھڑایا حسین نے سکھایا حسین نے ملایا دلایا سلایا حسین نے لو این سمجھ لو کہ ہوں آخری شیر تے اے بورڈ دا امتحان ہے تے نمبر میں پڑھ کے لینے نے تے پورے پڑھ کے لینے ریاتی نہیں اگر شیر اس قابل ہوئے تا سکھایا حسین نے ملایا حسین نے دلایا حسین نے ریایا حسین نے اتنی مجال کس کی تھی شہرگ کو چھو سکے اتنی مجال کس کی تھی شہرگ کو چھو سکے خنجر کو خود گلے سے لگایا حسین نے زندہ باد سلامت رہو امام حسین بادشاہ نوکریاں قبول و منظور فرماؤں فرمائش نہیں ہے تے باقی دو چار بندیاں دی ہے بھی تے اودے نالو زیادہ میری اپنی چلو غلام باس رتن دی فرمائش ہے اپنا دل کر دین بڑا ہی پڑھیا ہے بڑا ہی پڑھیا ہے تو اج دے مناسبت دے حوالے نال جڑی مجلس کروائی جا رہی ہے جناب سیدہ دے حوالے نال اس واسطے ایسا ہی قصیدہ نہیں تے ہر چھ مہینے بعد زیادہ زیادہ سال بعد اسی قصیدہ بدل دے ہیں کوئی نہ کوئی نویں ایڈ ہوتے رہتے ہیں لیکن یہ کچھ چھواں سال ہے یہ انج ہی سنیا جا رہا جی بالکل ہنے لکھے ہے تے چلو ایک دفعہ پھر اے نبی آسرا ایک کل جہان دا نبی دا آسرا ماں حسین دی جیو خدیجہ آمنہ تے ہوا یاسیاں اونا دی پیشو آئے ماں حسین دی نبی آسرا مریم وی جان دی جنو رب چا ودھاوے جبریل جیندے بوئے
बिन पुछिया न जावे खातून कोई यो जई सैन दी किवें हम सर बने जैंदे कदमी उते रखे हुसैन सर ओ वारसे हयाए मां हुसैन दी कायनात दी कीमत दा शेर इहदे बाद थोड़ा जिहा जिक्र मुसाहिब ताकि अपने टाइम दे अंदर न्याज़े मौला बहुत बड़ा शेर अरशी वी ऐसे बुहे ते झुक दे रहंदे ने सारे मुरसल वी ऐसे बुहे ते रुक दे रहंदे ने सारे केड़ी वाजा हाय मुहम्मद जिया प्यू भी उठदा रिया तू क्यों नहीं समझिया नबियां वास्ते खुदा दी बारगाह मां हुसैन दी तू क्यों नहीं समझिया नबियां वास्ते खुदा दी बारगाह मां हुसैन दी सोने आंसू आ गए इबादत नाल गर्जे तू क्यों नहीं समझिया मैं बिस्मिल्लाह करा तू क्यों नहीं समझिया नबियां वास्ते खुदा दी बारगाह मां हुसैन दी ज्यादा तो ज्यादा त्रै मिनट होर सिर्फ मुसाहिब दा एक जुमला मैं भी एक बतूल दा जिक्र करना चाहना जिंदी जिंदगी थोड़ी है दुख ज्यादा है बस यही दो त्रै मिनट दे विच मैं तकरीबन मैं अपना टाइम पढ़ चुका ना मार सकीना को तमाचे ऐसे तमगर एहसास यतीमी ही बड़ी सख्त सजा है मरहम सज्जाद दा जख्म तनहा नहीं ओ तड़ा वेच जिंदान दे रोल मरना ते सज्जाद कु भोल संग ते कु कफन जरूर पवावा फुफिया दे कोल रिदा नहीं ओ केथ शिमर दयो ले दफन करा मैं लब दी कबर दी बिला तश्बी मेरी जुरत ही नहीं मैं बिल्कुल वादा कीता है दो मिनट च बिला तश्बी मेरी जुरत ही नहीं मैं दसा भेण दा मैयत किवें चाहे जे मैं बुजुर्ग पढ़दे हुंदे ए इंज कड़ियां वाले हत्थां ते भेण दा मैयत बाजार जाए मुसलमान खबियो सजियो लंघदन जनाबे सज्जाद न बुजुर्गों का वैन जनाबे सज्जाद नाल कोई गल नहीं करता बाजार दे चौक जाके एक बारी खब्बे डिठे एक बारी सज्जे डिठे खब्बे सज्जे वेख के सैयद वैन करके आदा है मुसलमानो मैं सैयद हां ते मोई होई भेण चाइया मैं सदके हुआ मैं सदके नौकर हाँ कि
ऐसे मुसलमान जनाबे सज्जाद ना कोई गल नहीं की। एक यहूदी ज़ईफ औरत अगे आके आदि राया मुसाफिरा तेरे लिबास तो मालूम होता है तू शामी नहीं है बच्ची बीमार। इमाम फरमेंदन मर गई है कैदी मर गई है ते सुनू कफन क्यों नहीं पहनदा। सैयद रो के आदे कफन पहनी नहीं आदी है ओ मैं धिया बे कफन प्यूदी ताही मैला फटा चोला कफन दी जा पवाई। सुनावा जेंदे ते मुश्किल कुशा अली दी मोहर लगी हुई है मैं कुर्बान हो जा भेण दा मैया जाके गरीबा वाले कब्रस्तान आए मैं सदके हो जा खट्टी खटाई कबर मिली है उसूले तू साई मैया दफने दे रहंदे हो असाई मैया दफने दे रहंदे हां उसूले। एक कबर दे अंदर खलो के मैयत झलन वाला आंदा है बिया बाहर खलो के डेवण वाला आंदा है मैं कुर्बान हो वजा जनाबे सजा दी गुरबत भेण नु जाके इकला खलोता है कबर दे अंदरों दो हाथ न मुदार होन सजाद मेरी रुली होई थी मैनू जड़े मैं करबला गिल वजा मेरे सीने ते समदी यही मिटी। औखा ते भावे सौखा भेण नु दफन करके वापस जिंदान चाहे टक्कर मार करू ना सहजा ने पूछे सजाद रोंदा क्यों है भेण दफन कीती है ये कोई ना फूफी अम्मा कर आए तो रोंदा क्यों है फूफी अम्मा रोंदा तो इस वास्ते है कोई मस्तूर मर जावे ऊंदे जेवर लहाए